ਤੁਸੀਂ ਖਾ ਮਖਾ ਹਰੇਕ ਚੀਜ਼ ਨੂੰ ਖਬਰ ਨਾ ਬਣਾਇਆ ਕਰੋ। ਕਦੇ ਤੁਸੀਂ ਬਾਈ ਰਾਜੇ ਬਾਰੇ ਕੁਛ ਬੋਲ ਦਿੰਦੇ ਹੋ, ਕਦੇ ਕਿਸੇ ਵੀਰੋ ਸਾਡੀ ਜਿਹੜੇ ਪਰਿਵਾਰ ਨੇ ਮਦਦ ਕਰੀ ਹੈ, ਜਿਹੜਾ ਭਰਾ 2 ਸਾਲ ਤੋਂ ਸਾਡੀ ਮਦਦ ਕਰਦਾ ਰਿਹਾ ਹੈ, ਕੀ ਕਸੂਰ ਹੋ ਗਿਆ ਜੇ ਅਸੀਂ ਉਹਦਾ ਤੁਸੀਂ ਨਾਂ ਲੈ ਲੈ ਕੇ ਬੁਰਾ ਭਲਾ ਬੋਲ ਦਿਓ? ਮੈਨੂੰ ਬਹੁਤ ਬੁਰਾ ਲੱਗਦਾ ਇਸ ਗੱਲ ਤੋਂ। ਵੀਰ ਬਣ ਕੇ ਸਾਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰ ਦਿੰਦਾ, ਕਿਉਂਕਿ ਤੁਹਾਨੂੰ ਸਾਰੇ ਤੁਸੀਂ ਸੁਣਨ ਵਾਲੇ ਸਾਰੀ ਗੱਲ ਸੁਣਨਾ ਚਾਹੁੰਦੇ ਹੋ। ਸਿੱਧੂ ਦਾ ਨੂੰ ਇਲੈਕਸ਼ਨ 'ਚ ਕੋਈ ਨਹੀਂ ਲੈ ਕੇ ਆਇਆ, ਸਿੱਧੂ ਨੂੰ ਉਹਦਾ ਇਲੈਕਸ਼ਨ ਲੜਨਾ ਆਪਣਾ ਮਨ ਸੀ। ਮੈਂ ਵੀ ਰੋਕਿਆ, ਭਾਈ ਰਾਜੇ ਨੇ ਵੀ ਰੋਕਿਆ ਉਹਨੂੰ, ਬਾਈ ਤੇਰੇ ਬਸ ਦੀ ਗੱਲ ਨਹੀਂ, ਤੇਰਾ ਬੜਾ ਵਧੀਆ ਫਿਊਚਰ ਚੱਲਦਾ, ਸਾਨੂੰ ਤਾਂ ਇੱਕ ਹਲਕਾ ਜਾਂਦਾ ਅਤੇ ਤੂੰ ਤਾਂ ਦੁਨੀਆ 'ਤੇ ਮਸ਼ਹੂਰ ਹੈ। ਉਹਦਾ ਆਪਣਾ ਫੈਸਲਾ ਸੀ ਵੀਰੋ, ਐਵੇਂ ਨਾ ਕਿਸੇ ਨੂੰ ਬੁਰਾ ਭਰਾ ਬੋਲਿਆ ਕਰੋ। ਮੇਰੀ ਤੁਹਾਡੇ ਚਰਨਾਂ 'ਚ ਹੱਥ ਬੰਨ ਕੇ ਬੇਨਤੀ ਹੈ ਵੀਰੋ, ਪਹਾੜ ਜਿੱਡਾ ਦੁੱਖ ਹੈ ਕਹਿਣਾ ਸੌਖਾ ਹੈ, ਜੇ ਕਰ ਲਾਂਗੇ ਵੋ ਕਰ ਲਾਂਗੇ, ਪਰ ਜ਼ਿੰਦਗੀ ਦੇ ਵਿੱਚ ਬਿਲਕੁਲ ਘੁੱਪ ਹਨੇਰਾ ਹੋਇਆ। ਤੁਸੀਂ ਖਾ ਮਖਾ ਹਰੇਕ ਚੀਜ਼ ਨੂੰ ਖਬਰ ਨਾ ਬਣਾਇਆ ਕਰੋ। ਕਦੇ ਤੁਸੀਂ ਬਾਈ ਰਾਜੇ ਬਾਰੇ ਕੁਛ ਬੋਲ ਦਿੰਦੇ ਹੋ, ਕਦੇ ਕਿਸੇ ਵੀਰੋ ਸਾਡੀ ਜਿਹੜੇ ਪਰਿਵਾਰ ਨੇ ਮਦਦ ਕਰੀ ਹੈ, ਜਿਹੜਾ ਭਰਾ 2 ਸਾਲ ਤੋਂ ਸਾਡੀ ਮਦਦ ਕਰਦਾ ਰਿਹਾ ਹੈ, ਕੀ ਕਸੂਰ ਹੋ ਗਿਆ ਜੇ ਅਸੀਂ ਉਹਦਾ ਤੁਸੀਂ ਨਾਂ ਲੈ ਲੈ ਕੇ ਬੁਰਾ ਭਲਾ ਬੋਲ ਦਿਓ? ਮੈਨੂੰ ਬਹੁਤ ਬੁਰਾ ਲੱਗਦਾ ਇਸ ਗੱਲ ਤੋਂ। ਵੀਰ ਬਣ ਕੇ ਸਾਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰ ਦਿੰਦਾ, ਕਿਉਂਕਿ ਤੁਹਾਨੂੰ ਸਾਰੇ ਤੁਸੀਂ ਸੁਣਨ ਵਾਲੇ ਸਾਰੀ ਗੱਲ ਸੁਣਨਾ ਚਾਹੁੰਦੇ ਹੋ। ਸਿੱਧੂ ਦਾ ਨੂੰ ਇਲੈਕਸ਼ਨ 'ਚ ਕੋਈ ਨਹੀਂ ਲੈ ਕੇ ਆਇਆ, ਸਿੱਧੂ ਨੂੰ ਉਹਦਾ ਇਲੈਕਸ਼ਨ ਲੜਨਾ ਆਪਣਾ ਮਨ ਸੀ। ਮੈਂ ਵੀ ਰੋਕਿਆ, ਭਾਈ ਰਾਜੇ ਨੇ ਵੀ ਰੋਕਿਆ ਉਹਨੂੰ, ਬਾਈ ਤੇਰੇ ਬਸ ਦੀ ਗੱਲ ਨਹੀਂ, ਤੇਰਾ ਬੜਾ ਵਧੀਆ ਫਿਊਚਰ ਚੱਲਦਾ, ਸਾਨੂੰ ਤਾਂ ਇੱਕ ਹਲਕਾ ਜਾਂਦਾ ਅਤੇ ਤੂੰ ਤਾਂ ਦੁਨੀਆ 'ਤੇ ਮਸ਼ਹੂਰ ਹੈ। ਉਹਦਾ ਆਪਣਾ ਫੈਸਲਾ ਸੀ ਵੀਰੋ, ਐਵੇਂ ਨਾ ਕਿਸੇ ਨੂੰ ਬੁਰਾ ਭਰਾ ਬੋਲਿਆ ਕਰੋ। ਮੇਰੀ ਤੁਹਾਡੇ ਚਰਨਾਂ 'ਚ ਹੱਥ ਬੰਨ ਕੇ ਬੇਨਤੀ ਹੈ ਵੀਰੋ, ਪਹਾੜ ਜਿੱਡਾ ਦੁੱਖ ਹੈ ਕਹਿਣਾ ਸੌਖਾ ਹੈ, ਜੇ ਕਰ ਲਾਂਗੇ ਵੋ ਕਰ ਲਾਂਗੇ, ਪਰ ਜ਼ਿੰਦਗੀ ਦੇ ਵਿੱਚ ਬਿਲਕੁਲ ਘੁੱਪ ਹਨੇਰਾ ਹੋਇਆ। ਤੁਸੀਂ ਖਾ ਮਖਾ ਹਰੇਕ ਚੀਜ਼ ਨੂੰ ਖਬਰ ਨਾ ਬਣਾਇਆ ਕਰੋ। ਕਦੇ ਤੁਸੀਂ ਬਾਈ ਰਾਜੇ ਬਾਰੇ ਕੁਛ ਬੋਲ ਦਿੰਦੇ ਹੋ, ਕਦੇ ਕਿਸੇ ਵੀਰੋ ਸਾਡੀ ਜਿਹੜੇ ਪਰਿਵਾਰ ਨੇ ਮਦਦ ਕਰੀ ਹੈ, ਜਿਹੜਾ ਭਰਾ 2 ਸਾਲ ਤੋਂ ਸਾਡੀ ਮਦਦ ਕਰਦਾ ਰਿਹਾ ਹੈ, ਕੀ ਕਸੂਰ ਹੋ ਗਿਆ ਜੇ ਅਸੀਂ ਉਹਦਾ ਤੁਸੀਂ ਨਾਂ ਲੈ ਲੈ ਕੇ ਬੁਰਾ ਭਲਾ ਬੋਲ ਦਿਓ? ਮੈਨੂੰ ਬਹੁਤ ਬੁਰਾ ਲੱਗਦਾ ਇਸ ਗੱਲ ਤੋਂ। ਵੀਰ ਬਣ ਕੇ ਸਾਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰ ਦਿੰਦਾ, ਕਿਉਂਕਿ ਤੁਹਾਨੂੰ ਸਾਰੇ ਤੁਸੀਂ ਸੁਣਨ ਵਾਲੇ ਸਾਰੀ ਗੱਲ ਸੁਣਨਾ ਚਾਹੁੰਦੇ ਹੋ। ਸਿੱਧੂ ਦਾ ਨੂੰ ਇਲੈਕਸ਼ਨ 'ਚ ਕੋਈ ਨਹੀਂ ਲੈ ਕੇ ਆਇਆ, ਸਿੱਧੂ ਨੂੰ ਉਹਦਾ ਇਲੈਕਸ਼ਨ ਲੜਨਾ ਆਪਣਾ ਮਨ ਸੀ। ਮੈਂ ਵੀ ਰੋਕਿਆ, ਭਾਈ ਰਾਜੇ ਨੇ ਵੀ ਰੋਕਿਆ ਉਹਨੂੰ, ਬਾਈ ਤੇਰੇ ਬਸ ਦੀ ਗੱਲ ਨਹੀਂ, ਤੇਰਾ ਬੜਾ ਵਧੀਆ ਫਿਊਚਰ ਚੱਲਦਾ, ਸਾਨੂੰ ਤਾਂ ਇੱਕ ਹਲਕਾ ਜਾਂਦਾ ਅਤੇ ਤੂੰ ਤਾਂ ਦੁਨੀਆ 'ਤੇ ਮਸ਼ਹੂਰ ਹੈ। ਉਹਦਾ ਆਪਣਾ ਫੈਸਲਾ ਸੀ ਵੀਰੋ, ਐਵੇਂ ਨਾ ਕਿਸੇ ਨੂੰ ਬੁਰਾ ਭਰਾ ਬੋਲਿਆ ਕਰੋ। ਮੇਰੀ ਤੁਹਾਡੇ ਚਰਨਾਂ 'ਚ ਹੱਥ ਬੰਨ ਕੇ ਬੇਨਤੀ ਹੈ ਵੀਰੋ, ਪਹਾੜ ਜਿੱਡਾ ਦੁੱਖ ਹੈ ਕਹਿਣਾ ਸੌਖਾ ਹੈ, ਜੇ ਕਰ ਲਾਂਗੇ ਵੋ ਕਰ ਲਾਂਗੇ, ਪਰ ਜ਼ਿੰਦਗੀ ਦੇ ਵਿੱਚ ਬਿਲਕੁਲ ਘੁੱਪ ਹਨੇਰਾ ਹੋਇਆ। ਬਾਬਾ ਯਾਮੀਨ ਬੰਗਾਲੀ ਗੋਲਡ ਮੈਡਲਿਸਟ, ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ ਬੈਠੇ ਸਾਨੂੰ ਵਟਸਐਪ ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁੱਠਕਰਨੀ ਦੇ ਮਾਹਿਰ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਦਬਨ, ਜਾਦੂ ਟੋਣਾ, ਮਨਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ, ਬਾਬਾ ਯਾਮੀਨ ਬੰਗਾਲੀ 96435032321।